ਬਚਪਨ ਤੋਂ ਹੀ ਅਸੀਂ ਸੁਣਦੇ ਆਏ ਹਾਂ ਕਿ ਦਰਖਤ ਲਗਾਓ ਜੀਵਨ ਬਚਾਓ, ਪਰ ਇਹ ਗੱਲਾਂ ਬਸ ਸੁਣੀਆਂ ਸੁਣਾਈਆਂ ਹੀ ਰਹਿ ਜਾਂਦੀਆਂ ਹਨ। ਇਸ 'ਤੇ ਬਹੁਤ ਘੱਟ ਲੋਕ ਅਮਲ ਕਰਦੇ ਹਨ। ਪਰ ਇਹ ਦਰਖਤ ਬੂਟੇ ਕੁਦਰਤ ਵੱਲੋਂ ਦਿੱਤਾ ਹੋਇਆ ਇੱਕ ਬਹੁਤ ਖੂਬਸੂਰਤ ਅਤੇ ਅਨਮੋਲ ਤੋਹਫ਼ਾ ਹਨ, ਜੋ ਧਰਤੀ 'ਤੇ ਰਹਿਣ ਵਾਲੇ ਹਰ ਜੀਵ ਦਾ ਮੂਲ ਆਧਾਰ ਹਨ। ਜਾਂ ਇੰਜ ਕਹੀਏ ਕਿ ਇਹਨਾਂ ਤੋਂ ਬਿਨਾਂ ਹਰ ਕਿਸੇ ਦਾ ਜੀਵਨ ਅਸੰਭਵ ਹੈ। ਇਹ ਚਾਰੇ ਪਾਸੇ ਆਪਣੀ ਹਰਿਆਲੀ ਵਧਾ ਕੇ ਖੂਬਸੂਰਤੀ ਵਧਾਉਂਦੇ ਅਤੇ ਫੈਲਾਉਂਦੇ ਹਨ। ਨਾਲ ਹੀ ਇਹ ਸਾਨੂੰ ਫਲ, ਫੁੱਲ, ਲੱਕੜੀ, ਬਾਂਸ, ਬਾਲਣ ਆਦਿ ਬਹੁਤ ਸਾਰੀਆਂ ਚੀਜ਼ਾਂ ਵੀ ਤੋਹਫ਼ੇ ਵਿੱਚ ਦਿੰਦੇ ਹਨ। ਇਨਸਾਨੀ ਜੀਵ ਦੇ ਨਾਲ ਨਾਲ ਪਸ਼ੂ ਪੰਛੀਆਂ ਦਾ ਜੀਵਨ ਵੀ ਇਹਨਾਂ 'ਤੇ ਹੀ ਨਿਰਭਰ ਕਰਦਾ ਹੈ। ਜੰਗਲੀ ਜਾਨਵਰ ਸਰਦੀ, ਗਰਮੀ, ਮੀਂਹ ਤੋਂ ਬਚਣ ਲਈ ਦਰੱਖਤਾਂ ਦਾ ਹੀ ਸਹਾਰਾ ਲੈਂਦੇ ਹਨ। ਇੰਨਾ ਹੀ ਨਹੀਂ, ਬਹੁਤ ਸਾਰੇ ਲੋਕ ਆਪਣਾ ਜੀਵਨ ਬਿਤਾਉਣ ਲਈ ਆਰਥਿਕ ਰੂਪ ਨਾਲ ਵੀ ਇਹਨਾਂ ਦਰੱਖਤਾਂ 'ਤੇ ਹੀ ਨਿਰਭਰ ਹੁੰਦੇ ਹਨ। ਉਦਾਹਰਣ ਵਜੋਂ ਕਾਗਜ਼, ਮਾਚਿਸ, ਫਰਨੀਚਰ ਉਦਯੋਗ ਆਦਿ। ਪੂਰੀ ਤਰ੍ਹਾਂ ਇਹਨਾਂ ਦਰੱਖਤਾਂ 'ਤੇ ਨਿਰਭਰ ਹੋਣ ਦੇ ਬਾਵਜੂਦ ਅਸੀਂ ਉਹਨਾਂ ਦੀ ਅਹਿਮੀਅਤ ਨਹੀਂ ਸਮਝ ਪਾ ਰਹੇ ਅਤੇ ਆਪਣੇ ਨਿੱਜੀ ਸਵਾਰਥਾਂ ਲਈ ਧੜਾਧੜ ਇਹਨਾਂ ਦੀ ਕਟਾਈ ਕਰ ਰਹੇ ਹਾਂ। ਵਾਸਤੂ ਸ਼ਾਸਤਰ ਵਿੱਚ ਵੀ ਦਰੱਖਤਾਂ ਨੂੰ ਸੁੱਖ, ਸ਼ਾਂਤੀ, ਸਮ੍ਰਿੱਧੀ ਦਾ ਆਧਾਰ ਮੰਨਿਆ ਗਿਆ ਹੈ। ਇਸ ਨਾਲ ਕਈ ਤਰ੍ਹਾਂ ਦੇ ਵਾਸਤੂ ਦੋਸ਼ ਦੂਰ ਹੋ ਜਾਂਦੇ ਹਨ। ਇਹ ਮਨ ਨੂੰ ਸ਼ਾਂਤ ਅਤੇ ਨਾ ਪੱਖੀ ਊਰਜਾ ਨੂੰ ਦੂਰ ਕਰਦੇ ਹਨ। ਦਰੱਖਤ ਲਗਾਓ, ਤੰਦਰੁਸਤ ਜੀਵਨ ਪਾਓ। ਜੇ ਅਸੀਂ ਦਰੱਖਤਾਂ ਨੂੰ ਈਸ਼ਵਰ ਦਾ ਦੂਜਾ ਰੂਪ ਕਹਿ ਦਈਏ ਤਾਂ ਇਸ ਵਿੱਚ ਕੁਝ ਗਲਤ ਨਹੀਂ ਹੋਵੇਗਾ। ਭਾਰਤੀ ਸੰਸਕ੍ਰਿਤੀ ਵਿੱਚ ਵੀ ਬੂਟੇ ਲਗਾਉਣ ਨੂੰ ਪੁੰਨ ਦਾ ਕੰਮ ਮੰਨਿਆ ਗਿਆ ਹੈ। ਸ਼ਾਸਤਰਾਂ ਵਿੱਚ ਵੀ ਇੱਕ ਦਰੱਖਤ ਨੂੰ 100 ਗਾਵਾਂ ਦਾ ਦਾਨ ਦੇਣ ਦੇ ਬਰਾਬਰ ਮੰਨਿਆ ਗਿਆ ਹੈ। ਉੱਥੇ ਹੀ ਖਤਰਨਾਕ ਬਿਮਾਰੀਆਂ ਦੇ ਤੇਜ਼ੀ ਨਾਲ ਪੈਰ ਪਸਾਰਨ ਪਿੱਛੇ ਇੱਕ ਵੱਡਾ ਕਾਰਨ ਵਾਤਾਵਰਨ ਦਾ ਸ਼ੁੱਧ ਹੋਣਾ ਹੈ ਅਤੇ ਦਰੱਖਤਾਂ ਦੀ ਕਮੀ ਹੈ। ਦਰੱਖਤਾਂ ਤੋਂ ਸਾਨੂੰ ਅਣਗਿਣਤ ਫਾਇਦੇ ਮਿਲਦੇ ਹਨ। ਇਸ ਲਈ ਇਹਨਾਂ ਦੇ ਮਹੱਤਵ ਨੂੰ ਸਮਝੋ ਅਤੇ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਦਰੱਖਤ ਲਗਾਓ। ਦਰੱਖਤ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ ਅਤੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਜੋ ਜੀਵਤ ਰਹਿਣ ਲਈ ਸਭ ਤੋਂ ਵੱਧ ਜ਼ਰੂਰੀ ਹੈ। ਇਹ ਧੁਨੀ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਦੇ ਹਨ। ਮੀਂਹ ਵਰਾਉਣ ਵਿੱਚ ਵੀ ਦਰੱਖਤ ਹੀ ਸਹਾਇਕ ਹੁੰਦੇ ਹਨ। ਇਹਨਾਂ ਦੀ ਮਦਦ ਨਾਲ ਅਸੀਂ ਅਚਾਨਕ ਆਉਣ ਵਾਲੇ ਹੜ੍ਹਾਂ ਤੋਂ ਵੀ ਬਚ ਸਕਦੇ ਹਾਂ। ਜੇ ਦਰੱਖਤ ਮੀਂਹ ਲਿਆਉਣ ਲਈ ਜ਼ਿੰਮੇਵਾਰ ਹਨ ਤਾਂ ਭੂਮੀ ਨੂੰ ਉਪਜਾਊ ਬਣਾਉਣ ਵਿੱਚ ਵੀ ਦਰੱਖਤ ਬਹੁਤ ਜ਼ਰੂਰੀ ਹਨ। ਇਹ ਸਾਡੀ ਧਰਤੀ ਨੂੰ ਹਰੀ ਭਰੀ ਅਤੇ ਖੂਬਸੂਰਤ ਬਣਾਉਂਦੇ ਹਨ। ਜੇ ਇਹ ਨਾ ਹੋਣ ਤਾਂ ਸਾਡੀ ਧਰਤੀ ਬੰਜਰ ਲੱਗੇਗੀ। ਬੂਟਿਆਂ 'ਤੇ ਲੱਗਣ ਵਾਲੇ ਰੰਗ ਬਿਰੰਗੇ ਫੁੱਲ ਸੁੰਦਰਤਾ ਵਿੱਚ 4 ਚੰਨ ਲਗਾਉਂਦੇ ਹੀ ਹਨ, ਨਾਲ ਹੀ ਮਨ ਨੂੰ ਸ਼ਾਂਤੀ ਅਤੇ ਪੋਜ਼ਿਟਿਵ ਐਨਰਜੀ ਵੀ ਦਿੰਦੇ ਹਨ। ਬਹੁਤ ਸਾਰੇ ਦਰੱਖਤਾਂ ਦੀ ਲੱਕੜੀ ਪੇਪਰ, ਗੂੰਦ, ਖੇਡਾਂ ਦਾ ਸਮਾਨ, ਫਰਨੀਚਰ ਬਣਾਉਣ ਦੇ ਕੰਮ ਆਉਂਦੀ ਹੈ। ਕਈ ਬੂਟਿਆਂ ਦੇ ਚਮਤਕਾਰੀ ਫਾਇਦੇ ਹਨ, ਜਿਨ੍ਹਾਂ ਦੇ ਪੱਤੇ, ਤਣੇ, ਫਲ, ਫੁੱਲ, ਸੱਕ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਤਾਕਤ ਰੱਖਦੇ ਹਨ। ਜਿਵੇਂ ਨਿੰਮ, ਪਿੱਪਲ, ਬੇਲ, ਆਂਵਲਾ ਅਤੇ ਅੰਬ ਹੀ ਲੈ ਲਓ। ਇਹਨਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਬਣਦੀਆਂ ਹਨ। ਕਈ ਬੂਟੇ ਘਰਾਂ ਵਿੱਚ ਡੈਕੋਰੇਸ਼ਨ ਦਾ ਕੰਮ ਵੀ ਦਿੰਦੇ ਹਨ। ਇਸ ਨਾਲ ਤੁਸੀਂ ਆਪਣੇ ਘਰ ਦਾ ਕੋਨਾ ਸਜਾ ਸਕਦੇ ਹੋ।